ਫਤਿਹ ਦੀ ਸਾਂਝ ਸਾਰੇ ਉਹਨਾਂ ਦਰਸ਼ਕਾਂ ਨਾਲ ਜਿਹੜੇ ਕਿ ਟਰਬਨ ਟਰੈਵਲਰ ਦੀ ਸਪਿਰਚੁਅਲ ਜਰਨੀ PTC ਨੈਟਵਰਕ 'ਤੇ ਵੇਖਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਦੀ ਸ਼ੁਰੂਆਤ ਥੋੜ੍ਹੇ ਰਿਲੈਕਸ ਤਰੀਕੇ ਨਾਲ ਹੋ ਰਹੀ ਹੈਗੀ। ਜਿਸ ਸਥਾਨ 'ਤੇ ਅਸੀਂ ਇਸ ਵਕਤ ਬੈਠੇ ਹੈਗੇ ਹਾਂ, ਝਾਂਸੀ ਤੋਂ ਤਕਰੀਬਨ 20 ਕਿਲੋਮੀਟਰ ਦੂਰ ਇੱਕ ਰਿਜ਼ੋਰਟ ਹੈ, ਕਿਸੇ ਦੀ ਪਰਸਨਲ ਪ੍ਰੋਪਰਟੀ ਹੈ ਜਿਹੜੀ ਕਿ ਉਹਨਾਂ ਨੇ Airbnb ਨੂੰ ਦਿੱਤੀ ਹੈ, ਅਤੇ ਅਸੀਂ ਰਾਤ ਇੱਥੇ ਆ ਕੇ ਰੁਕੇ ਸੀਗੇ। ਕੱਲ੍ਹ ਰਾਤ ਸਾਨੂੰ ਜਾਣਾ ਸੀ ਸ਼ਿਵਪੁਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਲੇਕਿਨ ਕਾਫੀ ਰਾਤ ਹੋਣ ਦੇ ਕਾਰਨ ਅਤੇ ਸ਼ਿਵਪੁਰੀ ਦਾ ਫੋਨ ਨੰਬਰ ਨਾ ਲੱਗਣ ਦੇ ਕਾਰਨ ਅਸੀਂ ਇਹ ਉੱਚਿਤ ਸਮਝਿਆ ਕਿ ਰਾਤ ਇੱਥੇ ਹੀ ਗੁਜ਼ਾਰੀ ਜਾਏ, ਇਸ ਕਰਕੇ ਰਾਤੀ ਅਸੀਂ ਇੱਥੇ ਠਹਿਰੇ ਸੀਗੇ। ਹੁਣ ਅਸੀਂ ਚਾਲੇ ਪਾਉਣ ਲੱਗੇ ਹੈਗੇ ਹਾਂ ਸ਼ਿਵਪੁਰੀ ਵਾਸਤੇ, ਜਿੱਥੇ ਕਿ ਗੁਰਦੁਆਰਾ ਸਾਹਿਬ ਹੈ ਇਤਿਹਾਸਿਕ, ਉੱਥੇ ਦੇ ਦਰਸ਼ਨ ਕਰਾਂਗੇ ਅਤੇ ਆਪ ਜੀ ਨੂੰ ਵੀ ਕਰਾਵਾਂਗੇ। ਆਓ ਤੁਸੀਂ ਵੀ ਸਾਡੇ ਨਾਲ ਸ਼ਿਵਪੁਰੀ ਦੇ ਗੁਰਦੁਆਰੇ ਦੇ ਦਰਸ਼ਨ ਕਰੋ। ਰਾਵੀ ਦਾ ਗਵਾਹੀ ਦਿੰਦਾ ਆ, ਪਾਣੀ ਰਾਵੀ ਦਾ ਗਵਾਹੀ ਦਿੰਦਾ ਆ, ਕਿੰਨਾ ਸਿੱਧਕ ਸੇਵਾ ਵਿੱਚ ਬਲ ਪਿਆ। ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ, ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ, ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ। ਵਾਹਿਗੁਰੂ 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 ਸਤਿਗੁਰੂ। ਝਾਂਸੀ ਤੋਂ 120 ਕਿਲੋਮੀਟਰ ਦੀ ਯਾਤਰਾ 2 ਘੰਟੇ 'ਚ ਪੂਰੀ ਕਰਕੇ ਅਸੀਂ ਆ ਪੁੱਜੇ ਹੈਗੇ ਹਾਂ ਭਾਈ ਬਾਲਾ ਜੀ ਸੰਧੂ ਗੁਰਦੁਆਰਾ ਸਾਹਿਬ, ਜਿਹੜਾ ਕਿ ਜ਼ਿਲ੍ਹਾ ਸ਼ਿਵਪੁਰੀ ਦੇ ਅੰਦਰ ਪੰਡੋਰਾ ਇੱਕ ਪਿੰਡ ਹੈ ਉਹਦੇ 'ਚ ਸਥਿਤ ਹੈਗਾ। ਇਹਨੂੰ ਪੰਡੋਰਾ ਗੁਰਦੁਆਰਾ ਵੀ ਆਖਿਆ ਜਾਂਦਾ ਹੈਗਾ। ਦਿੱਲੀ ਤੋਂ ਤਕਰੀਬਨ 480 ਕਿਲੋਮੀਟਰ ਦੂਰ ਇਹ ਸਥਾਨ ਹੈਗਾ ਮਹਾਰਾਜ ਦਾ, ਜਿੱਥੇ ਸੱਚੇ ਪਾਤਸ਼ਾਹ ਆਪਣੀ ਉਦਾਸੀ ਵਕਤ ਆਏ ਸੀ ਅਤੇ ਇੱਥੇ ਰੁਕੇ ਸੀ। ਤਾਰੇ ਛੱਪੇ ਅੰਧੇਰ ਬਲੋ ਸਤਿਗੁਰ ਨਾ। ਜਿਹੜੇ ਵੀ ਲੋਕ ਹਜ਼ੂਰ ਸਾਹਿਬ ਦੇ ਦਰਸ਼ਨ ਸੜਕ ਮਾਰਗ ਦੁਆਰਾ ਕਰਨ ਜਾਂਦੇ ਨੇ ਉਹ ਇਸ ਸਥਾਨ ਦੇ ਉੱਤੇ ਜ਼ਰੂਰ ਰੁਕਦੇ ਨੇ। ਇੱਥੇ ਹਜ਼ੂਰ ਸਾਹਿਬ ਤਕਰੀਬਨ 990 ਕਿਲੋਮੀਟਰ ਦੂਰ ਹੈ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਸੁੱਧ ਜਗ। ਇਸ ਸਥਾਨ ਦੇ ਇਤਿਹਾਸ ਦੇ ਬਾਰੇ ਵਿੱਚ ਅਤੇ ਇਤਿਹਾਸਿਕ ਹੋਣ ਦੇ ਬਾਰੇ 'ਚ ਇੱਥੇ ਦੇ ਪ੍ਰਬੰਧਕਾਂ ਅਤੇ ਗਿਆਨੀ ਜੀ ਨਾਲ ਗੱਲ ਕਰਕੇ ਉਹਨਾਂ ਕੋਲ ਪੁੱਛਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਅਤੇ ਆਪ ਜੀ ਨੂੰ ਦੱਸ ਰਿਹਾ। ਵਾਹਿਗੁਰੂ ਨਾਲ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ ਅਤੇ ਆਪ ਜੀ ਨੂੰ ਵੀ ਕਰਾਉਂਦੇ ਹਾਂ। ਵਾਹਿਗੁਰੂ 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 ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਬਲੋ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਸੁੱਧ ਜਗ ਚਾਨਣ ਹੋ। ਮੇਰੇ ਨਾਲ ਇਸ ਵਕਤ ਹੈਗੇ ਭਾਈ ਸਾਹਿਬ ਖਜਾਨ ਸਿੰਘ ਜੀ, ਜਿਹੜੇ ਕਿ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ। ਇਹਨਾਂ ਕੋਲ ਪੁੱਛਣੇ ਆ ਇਸ ਗੁਰਦੁਆਰੇ ਦਾ ਇਤਿਹਾਸ ਅਤੇ ਇਸ ਤੋਂ ਸੰਬੰਧਿਤ ਹੋਰ ਜਾਣਕਾਰੀਆਂ ਇਹਨਾਂ ਕੋਲ ਲੈਣੇ ਆ। ਕਰ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ। ਭਾਈ ਸਾਹਿਬ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਇਹ ਗੁਰਦੁਆਰਾ ਸਾਹਿਬ ਕਦੋਂ ਬਣਿਆ ਸੀ ਅਤੇ ਉਸ ਤੋਂ ਪਹਿਲੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਿਕ ਹੋਣ ਦਾ ਇਤਿਹਾਸ ਕੀ ਹੈਗਾ। ਨਾਨਕ ਨਾਮ ਜਪਤ ਸੁਖ ਪਾਇਆ ਕਰ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਅਮਰਜੀਤ ਸਿੰਘ ਚਾਵਲਾ ਅਤੇ PTC ਨੂੰ ਵੀ ਧੰਨਵਾਦ ਕਰਦਾ ਹਾਂ ਜੋ ਕਿ ਸਾਡੇ ਗਵਾਲੀਅਰ ਤੋਂ ਲੈ ਕੇ ਸ਼ਿਵਪੁਰੀ ਜ਼ਿਲ੍ਹਾ AV ਰੋਡ 'ਤੇ ਜੋ ਗੁਰਦੁਆਰਾ ਹੈ ਭਾਈ ਬਾਲਾ ਜੀ ਸੰਧੂ ਗੁਰਦੁਆਰਾ ਦੇ ਨਾਂ 'ਤੇ ਬਣਿਆ ਹੋਇਆ ਹੈ। ਤੇਰੇ ਗੁਣ ਨਾਨਕ ਨਾਮ ਜਪਤ ਸੁਖ ਪਾ। ਬਾਣੀ ਦਾ ਫਰਮਾਨ ਹੈ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸਿਓ ਲੈਣ ਮਿਲਾਏ। ਤੇਰੇ ਗੁਣ ਗਾਵਾਂ ਕਰ ਕਿਰਪਾ ਤੇਰੇ ਗੁਣ ਗਾ।
ਜੋ ਕਿ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ, ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਚਰਨ ਸਿੰਘ ਜੀ, ਉਹਨਾਂ ਤੋਂ ਵਰਸਾਏ ਹੋਏ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਸੁੱਕਾ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਹਾਕਮ ਸਿੰਘ ਜੀ, ਜੋ ਕਿ ਉਹਨਾਂ ਦੇ ਉਪਕਾਰ ਉੱਦਮ ਮੱਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੀ ਤਿਉਂ ਕਰਨਾ, ਉਹਨਾਂ ਦੀ ਉੱਦਮ ਅਤੇ ਪ੍ਰੇਰਨਾ ਮੇਸ਼ਦਕਾ ਜੋ ਸੰਤ ਬਾਬਾ ਤਾਰਾ ਸਿੰਘ ਜੀ ਨੇ 65 ਦੇ ਵਿੱਚ ਇੱਥੇ ਟੱਪ ਲਾਏ, ਇਹ ਗੁਰਦੁਆਰੇ ਦੀ ਉਸਾਰਨਾ ਕੀਤੀ। ਤੇਰੇ ਗੁਣ ਗਾਵਾਂ ਕਰ ਕਿਰਪਾ, ਤੇਰੇ ਗੁਣ ਗਾਵਾਂ ਕਰ ਕਿਰਪਾ, ਤੇਰੇ ਗੁਣ ਗਾਵਾਂ ਕਰ। ਇਹ ਧੰਨ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ, ਜੋ ਉਹਨਾਂ ਦੇ ਨਾਂ 'ਤੇ ਗੁਰਦੁਆਰਾ ਹੈ। ਕਰ ਕਿਰਪਾ ਵੇ ਭਾਈ ਬਾਲਿਆ ਰੰਗ ਕਰਦਾਸ ਤੇ, ਵਿਣ ਸੇਵਾ ਵਿੱਚ ਸੇਵਾ ਕੇ ਕਮਾਈਏ ਤਾਂ ਦੁਨੀਆਂ ਦਰਗੇ ਵੈਸ਼ਨ ਪਾਈਏ, ਇਹ ਬਾਣੀ ਦਾ ਪ੍ਰਮਾਣ ਹੈ। ਨਾਨਕ ਨਾਮ ਜਪਤ ਸੁਖ। ਇੱਥੇ ਜੋ ਸੰਗਤਾਂ ਹਜ਼ੂਰ ਸਾਹਿਬ ਨੂੰ ਜਾਂਦੀਆਂ ਹਨ, ਜੋ ਲੱਗੇ ਦੂਰੋਂ ਨੇੜੇ ਤੋਂ ਚੜਾ ਕੇ ਇੱਥੇ ਸੰਗਤਾਂ ਵਿਸਰਾਮ ਕਰਦੀਆਂ ਹਨ, ਉਹ ਸੰਗਤਾਂ ਇੱਥੇ ਵਿਸਰਾਮ ਕਰਕੇ ਅੱਗੇ ਹਜ਼ੂਰ ਸਾਹਿਬ ਨੂੰ ਜਾਂਦੀਆਂ ਹਨ। ਕਰ ਕਿਰਪਾ ਤੇਰੇ ਗੁਣ ਗਾਵਾਂ। ਅਤੇ ਇੱਥੇ ਸਥਾਨ ਹੈ ਮਹਾਂਪੁਰਖਾਂ ਦਾ, ਜੋ ਸੰਗਤਾਂ ਦੇ ਸੰਯੋਗ ਨਾਲ ਚੱਲ ਰਿਹਾ ਹੈ, ਗੁਰੂ ਕਾ ਲੰਗਰ ਅਤੁੱਟ ਚੱਲਦਾ ਹੈ, ਇਸ ਕਰਕੇ ਇੱਥੇ ਭਾਈ ਬਾਲਾ ਜੀ ਦੇ ਨਾਂ 'ਤੇ ਗੁਰਦੁਆਰਾ ਬਣਾਇਆ ਗਿਆ ਹੈ। ਇਹ ਧੰਨ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਹੈ, ਇਸ ਦੀ ਸਥਾਪਨਾ ਮਹਾਂਪੁਰਖਾਂ ਨੇ ਕੀਤੀ ਹੈ, ਸੰਤ ਬਾਬਾ ਤਾਰਾ ਸਿੰਘ ਜੀ ਨੇ, ਸਰਿਆਲੀ ਸਾਹਿਬ ਵਾਲੇ ਕਰ ਸੇਵਾ, ਉਹਨਾਂ ਵੱਲੋਂ ਇੱਥੇ ਸੇਵਾ ਚੱਲ ਰਹੀ ਹੈ। ਤੇਰੇ ਗੁਣ ਗਾਵਾਂ ਕਰ ਕਿਰਪਾ, ਤੇਰੇ ਗੁਣ ਗਾਵਾਂ। ਇਹ ਛੋਟਾ ਜਿਹਾ ਗੁਰਦੁਆਰਾ ਇੱਕ ਬਹੁਤ ਵੱਡੇ ਸਥਾਨ 'ਤੇ ਬਣਿਆ ਹੋਇਆ ਹੈ, ਆਲੇ ਦੁਆਲੇ ਬਹੁਤ ਖਾਲੀ ਏਰੀਆ ਹੈ ਜਿੱਥੇ ਰਹਿਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈਗਾ। ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਸਭ ਤੁਸੀਂ ਵੇਖ ਸਕਦੇ ਹੋ ਲੰਗਰ ਹਾਲ ਵੀ ਇੱਥੇ ਬਣਿਆ ਹੈ, ਰਹਿਣ ਦੇ ਕਾਫੀ ਸਾਰੇ ਕਮਰੇ ਨੇ। ਜਿਸ ਕੇ ਚਾਨਣ ਸਭ ਮੈਂ ਚਾਨਣ ਹੋਏ। ਇਹ ਛੋਟਾ ਜਿਹਾ ਗੁਰਦੁਆਰਾ ਬਹੁਤ ਹੀ ਵੱਡੇ ਸਥਾਨ 'ਤੇ ਬਣਿਆ ਹੋਇਆ ਹੈਗਾ। ਕਾਫੀ ਖੁੱਲ੍ਹਾ ਇਲਾਕਾ ਹੈਗਾ, ਕਮਰੇ ਬਣੇ ਨੇ ਇੱਥੇ ਰਹਿਣ ਵਾਸਤੇ, ਲੰਗਰ ਦਾ ਵੀ ਨਿਜ਼ਾਮ ਹੈਗਾ। ਕਾਫੀ ਸਾਰੇ ਟਰੱਕ ਇੱਥੇ ਖੜ੍ਹੇ ਨੇ, ਸੰਗਤਾਂ ਜਿਹੜੀਆਂ ਇਸ ਪਾਸੋਂ ਹੋ ਕੇ ਗੁਜ਼ਰਦੀਆਂ ਨੇ, ਇੱਥੇ ਲੋਕ ਵਿਸ਼ਰਾਮ ਕਰਦੇ ਨੇ। ਖਾਸ ਤੌਰ 'ਤੇ ਜਿਹੜੇ ਟਰੱਕ ਚਲਾਉਂਦੇ ਨੇ, ਜਿਹੜੇ ਪੰਜਾਬ ਤੋਂ ਬੰਬੇ ਵੱਲ ਚਲਦੇ ਨੇ, ਉਹ ਵੀ ਆ ਕੇ ਰਾਤੀ ਇੱਥੇ ਰੁਕਦੇ ਨੇ। ਇਹ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਸਰੋਵਰ ਦੇ ਜਿੱਥੇ ਕਦੀ ਇੱਕ ਖੂਹ ਹੋਇਆ ਕਰਦਾ ਸੀਗਾ। ਜੋਤ ਹੈ ਸੋਏ ਜਿਸ ਕੇ ਚਾਨਣ। ਇਹ ਉਹ ਸਰੋਵਰ ਸਾਹਿਬ ਹੈ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੈ। ਸਭ ਮੈਂ ਜੋਤ ਹੈ ਸੋਏ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਸਭ ਮੈਂ ਜੋਤ ਹੈ ਸੋਏ ਤਿਸ ਕੇ ਚਾਨਣ ਸਭ ਮੈਂ ਚਾਨਣ ਹੋਏ। ਬਾਬਾ ਜੀ ਇਹ ਦੱਸੋਗੇ ਕਿ ਇਹ ਇਤਿਹਾਸਿਕ ਹੈ ਕਿ ਨਹੀਂ ਹੈਗਾ? ਇਹ ਇਤਿਹਾਸਿਕ ਇਸ ਤਰ੍ਹਾਂ ਦੇ, ਜੋ ਪੁਰਾਣੇ ਬਜ਼ੁਰਗ ਇੱਥੇ ਸਥਾਈ ਰਹਿੰਦੇ ਸੀ, ਉਹਨਾਂ ਦੇ ਦੁਆਰਾ ਇੱਥੇ ਭਾਈ ਬਾਲਾ ਜੀ ਦੇ ਨਾਲ ਜੋ ਗੁਰੂ ਨਾਨਕ ਦੇਵ ਜੀ ਉਦਾਸੀ ਵਿੱਚ ਆ ਰਹੇ, ਜੋ ਚੰਦੇਰੀ ਨੂੰ ਉਦਾਸੀ ਇੱਧਰ ਦੇ ਜਵਾਇਆ ਗਏ, ਉਦੋਂ ਇੱਥੇ ਛੋਹ ਪ੍ਰਾਪਤ ਹੋਇਆ ਹੈ। ਇੱਥੇ ਬੋਲੀ ਸਾਹਿਬ ਹੁੰਦੀ ਸੀ ਜੋ ਖੂਹ ਹੋਇਆ ਸੀ ਉਸ ਟਾਈਮ, ਉੱਥੇ ਹੁਣ ਸਰੋਵਰ ਸਾਹਿਬ ਬਣਿਆ ਹੈ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਨਾਨਕ ਹੁਕਮੀ ਆਵੋ ਜਾਓ। ਇੱਥੇ ਬਾਬੇ ਤਾਰਾ ਸਿੰਘ ਜੀ ਨੇ ਤਪ ਕੀਤਾ, ਇੱਥੇ ਉਸ ਸਥਾਪਨ ਵੀ ਬਣਾਇਆ ਗਿਆ ਹੈ। ਨਾਨਕ ਹੁਕਮੀ ਆਵੋ ਜਾਓ, ਉਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਉੱਥੇ ਸ਼ਹੀਦੀ ਦਾ ਦਿਹਾੜਾ ਮਨਾਇਆ ਜਾਂਦਾ ਹੈ,
ਜੋ ਉਹਨਾਂ ਦੀ ਤਪ ਸਥਾਨ ਹੈ ਉਹ ਜੋ ਸਰੋਵਰ ਸਾਹਿਬ ਦੇ ਪਿਛਲੇ ਬੰਨੇ ਹੈ ਇਹ ਇੱਥੇ ਇਤਿਹਾਸ ਹੈ। ਇਹ ਪਹਿਲੇ ਪਾਤਸ਼ਾਹ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਇਹ ਪ੍ਰਚਲਿਤ ਕੀਤਾ ਗਿਆ ਹੈ। ਮਹਾਂਪੁਰਖਾਂ ਨੇ ਬਿਨ ਬੋਲਿਆਂ ਸਭ ਕੁਝ ਜਾਣਦਾ। ਆਪ ਜੀ ਦੇ ਜਾਣੂ ਜਾਣ ਹੋ ਕੇ ਇਹ ਪਰਮਾਤਮਾ ਵੱਲੋਂ ਮਹਾਂਪੁਰਖਾਂ ਵੱਲੋਂ ਇਹ ਦ੍ਰਿਸ਼ਟੀ ਦੁਆਰਾ ਉਹਨਾਂ ਨੇ ਉਚਾਰਨ ਕੀਤਾ ਹੈ। ਗਿਆਨੀ ਜੀ ਨੇ ਜੋ ਇਤਿਹਾਸ ਸਾਨੂੰ ਦੱਸਿਆ ਇਸ ਦਾ ਮਿਲਦਾ ਜੁਲਦਾ ਇਤਿਹਾਸ ਕਈ ਸਾਰੀ ਥਾਵਾਂ 'ਤੇ ਕਈ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈਗਾ। ਮਹਾਰਾਜ ਆਪਣੀ ਉਦਾਸੀ ਵੇਲੇ ਇੱਥੇ ਆਏ ਸੀਗੇ, ਇਸਦਾ ਉਲੇਖ ਕੀਤਾ ਗਿਆ ਹੈਗਾ। ਭਾਈ ਬਾਲਾ ਜੀ ਮਰਦਾਨਾ ਜੀ ਉਹਨਾਂ ਨਾਲ ਸੀਗੇ, ਇੱਥੇ ਖੂਹ ਦੀ ਸਥਾਪਨਾ ਹੋਈ, ਇਹਦਾ ਵੀ ਉਲੇਖ ਹੈਗਾ। ਸੁਣ ਵੱਡਾ ਕੇ ਸਭ ਕੋਈ ਕੇ ਵੱਡਾ ਡੀਠਾ ਹੋਏ, ਸੁਣ ਵੱਡਾ ਕੇ ਸਭ ਕੋਈ ਕੇ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗਹਿਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾ। ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕਾ, ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ, ਤੂੰ ਗੁਨਾ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕਾ। We'll be right back.